हाँ जी, मेरा नाम गुरदर्शन सिंह है। मैं CID डिपार्टमेंट 'च ड्यूटी करदा। कल शाम 6:30 बजे की गल आ, जदों मैं दुध पा के पिंडों वापस आ रहा सी, कुछ अणपछाते बंदे मैनू जब सड़क क्रॉस करन लगा, मेरे नाल मेरा बेटा सी, उन्होंने मैं दिसे। मैं ये तो बंदे अणपछाते ने हाथ 'च कृपाना तो गंडासे, उन्हें अपनी कहड़ा किसी ना दुश्मनी है। जदों ज्यों ही मैं सड़क पार करन लगा, उन्होंने भज के आके एक मारिया मेरे मोटरसाइकिल दे लाइट ते बेसबॉल, दूसरे मेरे सिर ते कृपाण मारी, उसने मैं डिग पिया। उस तो बाद उन्होंने बहुत अनगिनत वार किए, मेरे बेटे ने मैंने छुड़ाने की बहुत कोशिश की। फिर जब एक उन्ने टाइम नूं सड़क च आवाजाही नैशनल हाईवे चुरंजा दी गल आ, गुरद्वारे बूटे वाली बस्ती सामने, उन्ने टाइम नूं एक बंदा सड़क क्रॉस करके आ गया, भज गया, भजन लगे ने। जब उसने मेरे धौण ते वार करना शुरू की चाहे तो मेरे बेटे ने अगे हाथ कर लिया, ਉਹਦੀਆਂ ਉਂਗਲਾਂ ਕੱਟੀਆਂ ਗਈਆਂ, ਉਹ ਬੰਦੇ ਭੱਜ ਗਏ। ਇਹ ਹੁਣ ਮੈਂ ਤਾਂ ਪ੍ਰਸ਼ਾਸਨ ਤੋਂ ਇਹੀ ਗੱਲ ਕਿ ਇੱਕ ਮੁਲਾਜ਼ਮ ਨਹੀਂ ਸੇਫ ਹੈਗਾ, ਤੇ ਦੱਸੋ ਹੋਰ ਇੱਥੇ ਆਮ ਬੰਦੇ ਦਾ ਕੀ ਹਾਲ ਹੋਊਗਾ। ਇੱਥੇ ਮੁਲਾਜ਼ਮਾਂ ਦੇ ਨਾਲ ਸ਼ਰੇਆਮ ਉਹਨਾਂ ਨੂੰ ਪਤਾ ਹੋਣ ਦੇ ਬਾਵਜੂਦ CID ਦਾ ਮੁਲਾਜ਼ਮ ਆ, ਮੇਰੀ ਪਿੰਡ ਦੇ ਵਿੱਚ ਕਿਸੇ ਨਾਲ ਕੋਈ ਲਾਗ ਡਾਟ ਨਹੀਂ, ਕੋਈ ਕੁਛ ਨਹੀਂ। ਇੱਕ 25 ਤਰੀਕ ਨੂੰ ਮੇਰੇ ਨਾਲ ਇਸ ਤਰ੍ਹਾਂ ਹੀ ਵਾਕਿਆ ਹੋਇਆ। 25 ਤਰੀਕ ਨੂੰ ਵੀ ਇਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਅਣਪਛਾਤੇ ਬੰਦੇ ਆ, ਪਤਾ ਨਹੀਂ ਕਿਸ ਗੱਲ ਤੋਂ ਮੇਰੇ ਮਗਰ ਪੈ ਰਹੇ ਆ। ਬਾਕੀ ਸਾਡੇ SHO ਸਾਹਿਬ ਸਦਰ ਕਾਰਵਾਈ ਕਰ ਰਹੇ, ਬਹੁਤ ਵਧੀਆ ਅਫਸਰ ਆ। ਮੈਂ ਤਾਂ ਇਲਾਕੇ ਦੇ ਲੀਡਰਾਂ ਤੋਂ ਵੀ ਇਹ ਮੰਗ ਕਰਦਾ ਕਿ ਕੋਈ ਪ੍ਰਸ਼ਾਸਨ ਨੂੰ ਖੁੱਲ੍ਹ ਦਿੱਤੀ ਜਾਵੇ, ਇੱਕ ਚੰਗੇ ਅਫਸਰਾਂ ਨੂੰ ਇਹ ਪੂਰੀ ਖੁੱਲ੍ਹ ਦਿੱਤੀ ਜਾਵੇ, ਆ ਗੁੰਡਾਂਸਰ ਨੂੰ ਕਾਬੂ ਪਾਇਆ ਜਾਵੇ, ਇਹਨਾਂ ਦੀ ਕੋਈ ਸਿਫਾਰਿਸ਼ ਨਾ ਕੀਤੀ ਜਾਵੇ। ਪੁਲਿਸ ਜਦੋਂ ਫੜ ਕੇ ਲਿਆਉਂਦੀ ਆ, ਤੇ ਇਹਨਾਂ ਨੂੰ ਕੋਈ ਵੀ ਲੀਡਰ ਇਹੋ ਜਿਹੇ ਬੰਦਿਆਂ ਪਿੱਛੇ ਫੋਨ ਨਾ ਕਰੇ, ਤਦ ਹੀ ਸੁਧਾਰ ਹੋਊਗਾ, ਨਹੀਂ ਤੇ ਆਮ ਬੰਦੇ ਦੇ ਜਿਉਂ ਮੇਰੇ ਨਾਲ ਹੋਇਆ, ਹੁਣ ਤਾਂ ਬਸ ਇੱਕ ਅੱਤਵਾਦ ਹੀ ਚੱਲ ਪਿਆ, ਕਿਸੇ ਹਰ ਇੱਕ ਬੰਦੇ ਦੇ ਨਾਲ ਲੁੱਟ ਖੋ। ਸਾਡੇ ਇਸ ਸੜਕ ਦੇ ਨੈਸ਼ਨਲ ਹਾਈਵੇ 'ਚ ਰਹਿੰਦੇ ਡੇਲੀ ਲੁੱਟ ਖੋ ਹੁੰਦੀ ਹੈ।